ਇਸ ਵੇਲੇ ਸੂਬੇ 'ਚ ਗੰਨੇ ਦੀ ਪਿੜਾਈ ਦਾ ਸੀਜ਼ਨ ਚੱਲ ਰਿਹਾ ਹੈ ਅਤੇ ਇਸ ਲਈ ਸੜਕਾਂ 'ਤੇ ਗੰਨਿਆਂ ਦੇ ਨਾਲ ਭਰੀਆਂ ਹੋਈਆਂ ਟਰਾਲੀਆਂ ਹਰ ਰੋਜ਼ ਦੇਖਣ ਨੂੰ ਆਮ ਮਿਲਦੀਆਂ ਨੇ। ਇਸੇ ਤਰ੍ਹਾਂ ਖੰਡ ਮਿੱਲ ਵੱਲ ਜਾ ਰਹੀ ਗੰਨੇ ਨਾਲ ਲੱਦੀ ਹੋਈ ਟਰੈਕਟਰ ਟਰਾਲੀ ਹਾਦਸੇ ਦਾ ਸ਼ਿਕਾਰ ਹੋ ਗਈ, ਪਰ ਕਹਿੰਦੇ ਨੇ ਕਿ ਚਾਕੂ ਰਾਖੇ ਸਾਈਆਂ ਮਾਰ ਸਕੇ ਨਾ ਕੋਈ, ਭਾਵ ਜਿਸ ਦੇ ਸਿਰ 'ਤੇ ਰੱਬ ਦਾ ਹੱਥ ਹੋਵੇ ਉਸਨੂੰ ਕੋਈ ਨਹੀਂ ਮਾਰ ਸਕਦਾ। ਅਜਿਹਾ ਇੱਕ ਹਾਦਸਾ ਜਸਮੀਨ ਸਿੰਘ ਦੇ ਨਾਲ ਵਾਪਰਿਆ। ਹਾਦਸੇ 'ਚ ਟਰੈਕਟਰ ਚਾਲਕ ਜਸਮੀਨ ਟਰੈਕਟਰ ਦੇ ਗੰਨੇ ਵਿਚਾਲੇ ਦੱਬਿਆ ਗਿਆ, ਪਰ ਇਹ ਹਾਦਸਾ ਬੁੱਧਵਾਰ ਦੀ ਰਾਤ ਤਕਰੀਬਨ 12 ਵਜੇ ਫਗਵਾੜਾ ਨਜ਼ਦੀਕ ਵਾਪਰਿਆ। ਮੌਕੇ 'ਤੇ ਮੌਜੂਦ ਲੋਕਾਂ ਵੱਲੋਂ ਕਰੇਨ ਦੀ ਸਹਾਇਤਾ ਦੇ ਨਾਲ ਗੰਨੇ ਦੇ ਢੇਰ ਨੂੰ ਚੁੱਕਿਆ ਗਿਆ ਅਤੇ ਜਸਮੀਨ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਉਹ ਜੀ ਟਰਾਲੀ ਕਿਸੇ ਨੇ ਪਿੱਛੋਂ ਉਹਨੂੰ ਸਾਈਡ ਮਾਰੀ ਅਤੇ ਉਹ ਫਿਰ ਲਾਗੇ ਜੇ ਸੀ ਟੀ ਮਿਲ ਦਾ ਸੀਗਾ ਬੰਦਾ ਕੋਈ ਚੌਂਕੀਦਾਰ। ਅੱਛਾ ਜੀ। ਉਹ ਜਿੱਦਾਂ ਉਹ ਹਾਕਾ ਮਾਰਦਾ ਸੀਗਾ ਅਤੇ ਫਿਰ ਉਹ ਗਿਆ, ਉਹਨੇ ਫੋਨ ਉਹਦੇ ਕੋਲ ਲੈ ਕੇ ਸਾਨੂੰ ਫੋਨ ਕੀਤਾ ਫਿਰ ਅਸੀਂ ਉੱਥੇ ਪਹੁੰਚ ਗਏ। ਅੱਛਾ ਜੀ। ਅਤੇ ਫਿਰ ਆਣ ਕੇ ਉਹ ਆਪਣੇ ਪੁਲਿਸ ਵਾਲੇ ਆਏ ਅਤੇ ਕਰੇਨ ਲਿਆਂਦੀ, ਕਰੇਨ ਨਾਲ ਚੱਕ ਕੇ ਕੱਢਿਆ ਵਿੱਚੋਂ। ਠੀਕ ਠਾਕ ਮੁੰਡਾ ਨਿਕਲੀ ਗਿਆ। ਠੀਕ ਠਾਕ। ਮੌਕੇ 'ਤੇ ਮੌਜੂਦ ਪੁਲਿਸ ਅਧਿਕਾਰੀਆਂ ਨੇ ਜਸਮੀਨ ਨੂੰ ਜਾਂਚ ਲਈ ਸਿਵਲ ਹਸਪਤਾਲ ਪਹੁੰਚਾਇਆ। ਐਕਸੀਡੈਂਟ ਆ ਗੱਡੀ ਟਰਾਲੀ ਜਿਹੜੀ ਸੀ ਗੰਨਿਆਂ ਵਾਲੀ ਇੱਥੇ ਟੇਢੀ ਹੋ ਗਈ, ਉਹ ਡਰਾਈਵਰ ਦੇ ਉੱਤੇ ਸਾਰਾ ਗੰਨਿਆਂ ਦਾ ਭਾਰ ਆ ਗਿਆ। ਅਸੀਂ ਲਿਆ ਕੇ ਕਰੇਨ ਨੂੰ ਲਿਆ ਕੇ ਤਾਂ ਪਹਿਲਾਂ ਮੁੰਡਾ ਸਹੀ ਸਲਾਮ ਬਾਹਰ ਕੱਢ ਲਿਆ ਅਤੇ ਹਾਈਵੇ ਵਾਲਿਆਂ ਨੂੰ ਫੋਨ 'ਤੇ ਗੱਲ ਕਰਕੇ ਬੈਰੀਕੇਡ ਲਵਾ ਦਿੱਤੇ ਆ। ਅਗਲੀ ਕਾਰਵਾਈ ਜਿਹੜੀ ਆ ਉਹ ਸਵੇਰੇ ਕੀਤੀ। ਦੱਸਿਆ ਉਹਨੇ ਵੀ ਕੀ ਹੋਇਆ, ਕੀ ਕਾਰਨ ਕੀ ਆ? ਕਾਰਨ ਉਹਨੇ ਹਜੇ ਨਹੀਂ ਦੱਸਿਆ ਕਿਉਂਕਿ ਹਜੇ ਤੁਹਾਨੂੰ ਕੱਢ ਕੇ ਸਿਵਲ ਹਸਪਤਾਲ ਹੀ ਭੇਜਿਆ ਗਿਆ। ਮਤਲਬ ਠੀਕ ਸਾ ਗਿਆ ਮੁੰਡਾ? ਬਿਲਕੁਲ, ਮੁੰਡਾ ਠੀਕ ਠਾਕ। ਕਿੰਨਾ ਕੁ ਟਾਈਮ ਲੱਗਿਆ ਉਹਨੂੰ ਕੱਢਣ ਨੂੰ? ਉਹਨੂੰ ਕਿਉਂਕਿ ਜਾ ਕੇ ਕਰੇਨ ਲਿਆਉਣੀ ਪਈ ਜਾ ਕੇ, ਕਿਉਂਕਿ ਫੋਨ ਨਹੀਂ ਕੋਈ ਚੱਕ ਰਿਹਾ। ਮਤਲਬ ਬਈ ਕਾਫੀ ਟਾਈਮ ਲੱਗਿਆ ਕੱਢਣ? ਕਾਫੀ ਟਾਈਮ ਲੱਗ ਗਿਆ, ਲੇਕਿਨ ਫਿਰ ਵੀ ਮੁੰਡਾ ਸਹੀ ਸਲਾਮ ਸੀ। ਪਹਿਲਾਂ ਇੱਕ ਮੁਲਾਜ਼ਮ ਸਾਡਾ ਉਹਨਾਂ ਗੱਲਾਂ ਕਰਦਾ ਰਿਹਾ ਵੀ ਜੇ ਨਾ ਉਹ ਸਹੀ ਸਲਾਮ ਰਵੇ ਉਹਨੂੰ ਕਹਿ ਕੁਛ ਨਹੀਂ ਹੁੰਦਾ। ਤੇ ਖੈਰ, ਨੌਜਵਾਨ ਹੁਣ ਪੂਰੀ ਤਰ੍ਹਾਂ ਸੁਰੱਖਿਅਤ ਹੈ ਅਤੇ ਸਿਹਤਾਬ ਹੈ। ਜਦੋਂ ਵੀ ਅਜਿਹੇ ਹਾਦਸੇ ਵਾਪਰਦੇ ਨੇ ਤਾਂ ਪਰਿਵਾਰਕ ਮੈਂਬਰਾਂ ਦੇ ਸਾਹ ਜ਼ਰੂਰ ਸੁੱਕ ਜਾਂਦੇ ਨੇ, ਪਰ ਜਸਮੀਨ ਨੂੰ ਸਹੀ ਸਲਾਮਤ ਦੇਖ ਕੇ ਪਰਿਵਾਰ ਪਰਮਾਤਮਾ ਦਾ ਸ਼ੁਕਰ ਮਨਾ ਰਿਹਾ। ਫਗਵਾੜਾ ਤੋਂ ਕੈਮਰਾਮੈਨ ਲਾਡੀ ਦੇ ਨਾਲ ਬੀਡੀ ਸ਼ਰਮਾ ਦੀ ਰਿਪੋਰਟ, ਡੇਲੀ ਪੋਸਟ, ਪੰਜਾਬੀ। ਕੀ ਤੁਸੀਂ ਜਾਣਦੇ ਹੋ ਕਿ ਜਰਮਨੀ ਵਿੱਚ ਬੈਚਲਰਸ ਜਾਂ ਮਾਸਟਰਸ ਡਿਗਰੀ ਕਰਨ ਤੋਂ ਬਾਅਦ ਤੁਸੀਂ 18 ਮਹੀਨੇ ਦਾ ਪੋਸਟ ਗ੍ਰੈਜੂਏਟ ਵਰਕ ਵੀਜ਼ਾ ਹਾਸਲ ਕਰ ਸਕਦੇ ਹੋ ਔਰ ਫਰਦਰ ਉੱਥੇ ਰੈਜ਼ੀਡੈਂਟ ਵੀ ਬਣ ਸਕਦੇ ਹੋ? ਸੋ ਅੱਜ ਹੀ ਜਰਮਨ ਐਜੂਕੇਸ਼ਨ ਲਈ ਅਪਲਾਈ ਕਰਨ ਲਈ ਕੰਟੈਕਟ ਕਰੋ ਪਿਰਾਮਿਡ ਈ ਸਰਵਿਸਿਜ਼ ਨੂੰ 9563 9563 'ਤੇ।